श्री नानक अंगद गुरु अमरदास पाद बंद रामदास अर्जुन गुरु बर श्री हर गोबिंद हर राय हर कृष्ण गुरु तेग बहादुर चंद दसवें गोबिंद सिंह गुरु नमो चरण अरबिंद जिसमें अमृत ज्ञान है माणक भगत बैराग गुरु ग्रंथ साहिब उद्दद बंदों कर अनुराग श्री गुरु शब्द कमाए जिन जीते पंच बिकार तिन संतन को वंदना सिर चरणन पर तार एकंकारा सतगुरु ते प्रसाद सच हुए वाहे गुरु जी की फतेह है विघ्न बनासन सोए सतनाम श्री वाहेगुरु जी गुर चेला चेला गुरु गुरसिख सुन गुरसिख सदावै एक मन एक आराधना बाहर जांदा वरज रहावै हुक्मी बंदा होए कै खसमे दा भाणा तिस पावै मुरदा होए मुरीद सोए को बिरला गुर गोर समावै पैरी पै पाखाक होए पैरां उपर सीस तरावै आप गवाए आप होए दूजा भाव न नदरी आवै गुरसिखी गुरसिख कमावै गुरसिखी गुरसिख कमावै वाहिगुरु जी का खालसा वाहिगुरु जी की फतेह गुरु रूप गुरु की साजी नवाजी गुरु रूप गुरु खालसा सतसंगत जी अमृत वेड़े सतगुरु पातशाह महाराज पावन पवित्र गुरबाणी की कथा तो उपरंत इथों के नियम के मुताबक आपां भाई साहब भाई गुरदास जी की जिहड़ी ठाईं पौड़ी है उहदी गुरु कृपा सदका विचार आरंभ कीती सी और भाई साहब जी ने इहदे विच वख-वख तरह के गुरसिख के जो जीवन के पक्ष ने उहनूं विस्तार सहित बयान किया है गुरु की शक्ति ते गुण गुरु के सिख का निम्रता वाला सुभा ते परोपकारी और खास करके ये उन्होंने परोपकार ते मनुख का जो रोजाना का जीवन उहदी व्याख्या की आप विचार चुके हैं कल आप जो पौड़ी विचारी सी ना उहदे च उन्हें जिक्र किया पिछर लाथी जागना नाम दान इशनान दराए अमृत वेले उठना है पर पल्ला उठ के टाइम नहीं पास करना नाल नाम दृढ़ करना ते हथों कुछ देना है बाणी भी पड़ी उठिया भी ते जिन्हूं बोलता है कुरबाणी दे बचना दे मुताबक जप बोले तां फीके जदों भी बोलना फिका बोलता है कहिंदे नहीं भाई मिठा बोल इत्थे एक दृष्टांत आउंदा है जिवें अपने घरां दे विच चलदा है एक बीबी ने महात्मा नूं जाके बेनती कीती बाबा जी मेरी सस नाल मेरी बणदी नहीं
ਅਤੇ ਕਿਰਪਾ ਕਰਕੇ ਮੈਨੂੰ ਇਹੋ ਜਿਹਾ ਤਵੀਤ ਕਰਕੇ ਦਿਓ ਅਤੇ ਮੈਂ ਸੱਸ ਨੂੰ ਘੋਲ ਕੇ ਪਿਆ ਦਿਆਂ ਅਤੇ ਉਹ ਮੁੜ ਕੇ ਬੋਲੇ ਨਾ। ਬਾਬਾ ਜੀ ਕਹਿਣ ਲੱਗੇ, ਧੀਏ ਰਾਣੀਏ, ਆਹ ਤਿੰਨ ਗੱਲਾਂ ਪੱਲੇ ਬੰਨ ਲਈ। ਜਿਹੜੀ ਸੱਸ ਦੇ ਨਾਲ ਤੇਰੀ ਅਣਬਣ ਹੈ ਨਾ, ਉਹ ਨੂੰਹ ਦੀ ਥਾਂ ਤੈਨੂੰ ਧੀ ਕਰਕੇ ਜਾਣੇਗੀ। ਇਹ ਮੈਂ ਗੱਲ ਸਮਾਜ ਦੀ ਕਰਨ ਲੱਗਾ ਹਾਂ, ਆਪਾਂ ਸਾਰੇ ਨੂੰਹਾਂ ਧੀਆਂ ਵਾਲੇ ਹਾਂ। ਸਾਡੇ ਅੰਦਰ ਇੰਨੀ ਢਲਿਆਈ ਵੀ ਅਸੀਂ ਕਦੇ ਔਰਤ ਨੂੰ ਯੋਗ ਸਤਿਕਾਰ ਨਹੀਂ ਦਿੱਤਾ। ਸਾਡੇ ਘਰ ਧੀ ਜੰਮੀ ਅਸੀਂ ਕਹਿੰਦੇ ਪਰਾਇਆ ਧਨ, ਸਾਡੇ ਧੀ ਜੰਮੀ ਹੈ ਪਰਾਇਆ ਧਨ। ਵਿਆਹੀ ਤਾਂ ਕਹਿੰਦੇ ਨੇ ਪਰਾਇਆ ਧਨ, ਨਾ ਪੇਕਿਆਂ ਵਿੱਚ ਆਪਣਾ ਧਨ ਬਣਾਇਆ ਅਤੇ ਨਾ ਸਹੁਰਿਆਂ ਵਿੱਚ ਆਪਣਾ ਧਨ ਬਣਾਇਆ। ਮੈਨੂੰ ਦਰਦ ਅੰਦਰ ਦੀ ਮੈਂ ਤਾਂ ਬੇਨਤੀ ਕਰਦਾ, ਇੱਥੋਂ ਤੱਕ ਆਪਾਂ ਨਿਕਲ ਗਏ ਹਾਂ। ਮਾਪਿਆਂ ਨੇ ਪਾਲਿਆ ਪਲੋਸਿਆ ਅਤੇ ਭਰੀ ਸਭਾ ਦੇ ਵਿੱਚ ਆਪਣੀ ਧੀ ਨੂੰ ਪੱਲਾ ਪਕੜਾਇਆ, ਆਪਾਂ ਫਿਰ ਵੀ ਸੰਤੁਸ਼ਟ ਨਹੀਂ। ਧਿਆਨ ਦਿਆ ਜੇ, ਬੀਬੀ ਦੇ ਘਰ ਬੱਚੇ ਬੱਚੀਆਂ ਪੈਦਾ ਹੋਏ, ਉਹਨੇ ਜੀਵਨ ਨੂੰ ਬਸਰ ਕੀਤਾ, ਚੜ੍ਹਾਈ ਕਰ ਗਈ, ਪਰਿਵਾਰ ਬੈਠਾ ਹੈ, ਕਹਿੰਦੇ ਡਿੱਗਦੇ ਵੀ ਕਦੋਂ ਇਹਦੇ ਪੇਕੇ ਆਉਣ ਅਤੇ ਕਫਨ ਲੈ ਕੇ ਉਹਨੂੰ ਸੰਸਕਾਰ ਕਰੀਏ। ਜਿੱਦਣ ਜੰਮੀ ਉਹਨਾਂ ਵੀ ਉਦਣ ਵੀ ਕੱਪੜੇ ਪਾਏ, ਸਹੁਰਿਆਂ ਦੇ ਘਰ ਹੀ ਬੱਚੇ ਅਤੇ ਬੱਚੀਆਂ ਨੂੰ ਜਨਮ ਦਿੱਤਾ, ਨੂੰਹਾਂ ਵਾਲੀ ਬਣੀ, ਪੋਤੇ ਅਤੇ ਪੋਤੀਆਂ ਵਾਲੀ ਬਣੀ, ਪਰ ਸ਼ਰਮ ਨਾਲ ਸਿਰ ਝੁਕਦਾ ਹੈ। ਕਹਿੰਦੇ ਪੇਕੇ ਆਉਣਗੇ ਅਤੇ ਕਫਨ ਉਹ ਪਾਉਣਗੇ, ਜਿੱਥੇ 45 ਸਾਲ ਵਸੀ ਉਹਨਾਂ ਕੋਲ ਕੱਪੜਾ ਵੀ ਹੈ ਨਹੀਂ। ਇਹ ਇਕੱਲੇ ਕਈ ਗੱਲਾਂ ਔੜ ਨੇ ਨਾ, ਪਰ ਇਹ ਜੀਵਨ ਆਪ ਵਿਹਲੇ ਆ। ਮਹਾਂਪੁਰਸ਼ ਕਹਿਣ ਲੱਗੇ, ਧੀਏ ਆਹ ਤਿੰਨ ਚੀਜ਼ਾਂ ਮੇਰੀਆਂ ਪੱਲੇ ਬੱਲੇ, ਕਿਉਂਕਿ ਪੰਕਤੀ ਪੜ੍ਹੀ ਸੀ, ਮਿੱਠਾ ਬੋਲਣ ਨਿਭ ਚੱਲਣ ਹੱਥੋਂ ਦੇ ਕੇ ਭਲਾ ਮਨਾਵੇ, ਆਪਾਂ ਕੱਲ੍ਹ ਵਗਿਆ ਕੇ ਕੀਤੀ। ਕਹਿੰਦੇ ਧੀਏ ਆ ਤਿੰਨ ਗੱਲਾਂ ਪੱਲੇ ਬੱਲੇ, ਤੈਨੂੰ ਧੀ ਕਰਕੇ ਜਾਣੇਗੇ। ਕਿਹੜੀਆਂ? ਨਿਮੜ ਸੋ ਅੱਖਰ ਖਵਣ ਗੁਣ, ਜੇਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਾਸਾ ਵੀ ਕੰਤ। ਨਿਓ ਤੇਰੀ ਜਬਾਨ ਮਿੱਠੀ ਹੋਵੇ, ਨਿਮਣ ਸੋ ਅੱਖਰ ਖਵਣ ਗੁਣ, ਵੰਡ ਕੇ ਛਕ। ਅਤੇ ਆਪਣੇ ਤਾਂ ਆਮ ਰਿਵਾਜ਼ ਬਣਿਆ, ਬੜਾ ਦੁੱਖ ਹੁੰਦਾ ਹੈ ਕਿਤੇ ਮਾੜਾ ਮੋਟਾ ਮਟਰ ਪਨੀਰ ਬਣਿਆ ਵਾ ਨਾ, ਪਨੀਰ ਸ਼ਰਾਇਰ, ਅਤੇ ਕਹਿਣਗੇ ਥੋੜ੍ਹਾ ਜਿਹਾ ਬਣਿਆ, ਆ ਕਿਸੇ ਨੇ ਕੁੰਡਾ ਖੜਕਾਇਆ ਅਤੇ ਕੌਲੀ 'ਚ ਪਾ ਕੇ ਰੱਖ ਲਾ। ਉਹਨੇ ਕਦੇ ਵੇਖਿਆ ਨਹੀਂ, ਮੇਰੀ ਗਲਤੀ ਅਸਲ ਨਹੀਂ, ਚਿੱਥੋਂ ਭਾਵ ਇੱਕ ਭਾਵ ਚਿੱਥੋਂ। ਗੁਰੂ ਕੇ ਸਿੱਖਾ, ਜਿਹੜਾ ਤੇਰਾ ਘਰ ਹੈ ਇਹ ਗੁਰੂ ਨਾਨਕ ਦਾ ਘਰ ਹੈ, ਤੇਰੇ ਘਰ ਕੋਈ ਵੀ ਆਵੇ ਤਾਂ ਪਹਿਲਾਂ ਦੂਜੇ ਨੂੰ ਛਕਾ ਅਤੇ ਮੁੜ ਕੇ ਆਪ ਛਕ। ਬੜਾ ਖਾਧਾ ਹੀ ਹੈ ਤੂੰ ਗੁਰਸਿੱਖ, ਤੈਨੂੰ ਉਹ ਪੰਕਤੀਆਂ ਭੁੱਲ ਗਈਆਂ, ਖਾਂਦਿਆਂ ਖਾਂਦਿਆਂ ਮੂੰਹ ਘੱਠਾ, ਖਾਂਦਿਆਂ ਖਾਂਦਿਆਂ ਚ ਮੂੰਹ ਚੁਬਾ ਹੋ ਗਿਆ, ਪਏ ਨੰਦਿਆਂ ਸਭ ਅੰਗ, ਪਤਾ ਨਹੀਂ ਕਿੰਨੇ ਕੱਪੜੇ ਪਾ ਪਾ ਕੇ ਗੰਦੇ ਕਰ ਕਰਕੇ ਸੁੱਟ ਦਿੱਤੇ। ਇੱਕ ਹੋਰ ਸਿੰਪਲ ਜੀ ਗੱਲ, ਆਪਣੇ ਟਰੰਕਾਂ ਅਤੇ ਆਪਣੇ ਸੰਦੂਖਾਂ ਦੇ ਵਿੱਚ 70 ਸਾਲ ਕੱਪੜਾ ਪਿਆ ਰਹੇ ਅਤੇ ਗੁਰਮੁਖ ਖਰਾਬ ਨਹੀਂ ਹੁੰਦਾ, ਅਤੇ ਜੇ ਉਹ ਕੱਪੜਾ ਆਪਾਂ 15 ਮਿੰਟ ਪਾ ਲਈਏ ਨਾ, ਉਹਨੂੰ ਟਰੰਕ 'ਚ ਰੱਖ ਜਾਓ ਅਤੇ ਸਾਰੇ ਟਰੰਕ ਵਿੱਚ ਕੀੜੇ ਪੈ ਜਾਣਗੇ, ਸਾਰੇ ਕੱਪੜੇ ਖਰਾਬ ਹੋ ਜਾਣਗੇ। 15 ਮਿੰਟ ਕੱਪੜਾ ਪਾਉਣਾ ਕੇਵਲ, ਅਤੇ ਮੁੜ ਕੇ ਉਹਨੂੰ ਤਹਿ ਲਾ ਕੇ ਰੱਖ ਦਿਓ, ਬਾਹਰ ਨਹੀਂ ਜਾਣਾ। ਇਕੱਲਾ ਆਪਣੇ ਘਰ ਵਿੱਚ ਉਹ ਕੱਪੜਾ ਪਾ ਕੇ 15 ਮਿੰਟਾਂ ਦੇ ਬਾਅਦ ਰੱਖ ਦਿਓ, ਸਾਰਾ ਟਰੰਕ ਸਾਰਾ ਟੈਂਚੀ ਖਰਾਬ ਹੋ ਜਾਏਗਾ, ਸਾਡਾ ਸਰੀਰ ਇੰਨਾ ਗੰਦਾ ਜਿਹਾ, 50-70 ਸਾਲ ਰਹੋ ਤਾਂ ਨਹੀਂ ਕੱਪੜਾ ਖਰਾਬ ਨਹੀਂ ਹੋਏਗਾ। ਅਸੀਂ ਪਾਇਆ ਇਹੋ ਜਿਹੀ ਬੈਡ ਸਮੈਲ, ਇਹੋ ਜਿਹੀ ਬਦਬੋ ਹੈ ਵੀ ਸਾਰਾ ਟਰੰਕ ਪੇਟੀ ਖਰਾਬ ਹੋ ਗਈ। ਇਹ ਸਾਡੀ ਹਾਲਤ ਹੈ। ਖਾਂਦਿਆਂ ਖਾਂਦਿਆਂ ਮੂੰਹ ਘੱਠਾ, ਪਏ ਨੰਦਿਆਂ ਸਭ ਅੰਗ,
ते बाबे ने बहुत कस के मूँह ते चपेड़ मारी है। आपां पंजाबी दे विच अपने पुरानी गाल चलदी, हुण तां मॉडर्न गाला आ गईआं, फिड़े मूँह कहिंदे सन, फिड़े मूँह। मैं टाइम नहीं पास कर रहा, व्याख्या कर रहा, बाणी च त्रिक लिखा, मैं इहदा जिक्र करना। तीन वेरा फिटे मूँह कहिए तो अगे तिना की प्लस कर दी बन जाती लाहनत, जिमें चार पावों का कवटा ना, इस तरह एक बार लाहनत कह दिए तो तीन वेरा फिटे मूँह अगे आता त्रिग। त्रिग तो भाव किसी बंदे नौ वेरा फिटे मूँह कहिए तो त्रिग एक बार बनता। तो हूँ गुरु पातशाह की कह कहिंदे, खांद्या खांद्या मूँह कठा पै नंद्या सब अंग, त्रिग तिना का जीव्या जे सचन लगो रंग। तेरा मूँह जिब्बा हो गया दंद, डॉक्टर साहब भावें पैसे डबल लै पर चंगे जे लवाया जे, जेड़े सगत हो कि माड़ा चंगा खाइए तो चिथ लीए चिथ, इन्ना खाने का चस्का है। गुरु ग्रंथ साहिब जी पातशाह कहिंदे ने बड़ा खाधा बड़ा पहनिया, पर जे परमात्मा नूं चेते नहीं करदा ते तेरे जीवन नूं तरकार किसे काम नहीं। मिठा बोलण निव चलण हथों दे के भला मनावे, थोड़ा समणा खावणा थोड़ा बोलण गुरमत पाए, खा भी थोड़ा तां कि नींद घट आवे, जे नींद घट आवेगी तो गुरमुखा कि गुरु की मत भी सुन लेगा। कान खाए सुकृत करे वड्डा होए ना आप गणाए, मेहनत कर ते जे तेरे को चार पैसे ने ना ते लोकां नू दस ना, टाइम कढ साध संगत मिलगाम दे रात दिन नित चल चल जाए, दिने मौका मिलया ते दिने चलया जा, रात नू मौका मिलदा ते रात नू जा, उथे जा के ढो ला के गल्लां ना करी। बड़ा दुख हुंदा रात में हरिमंदर साहब तो रागी सिंह कीर्तन कर आते हैं, सच जाने जो जी करता भी उन्होंने पैरों के सिर रख दिए कट के इन्ना आनंद आता, पर यह भी वेखीदा कि वह कीर्तन कर रहे तो एक दूजे ना आप गल करी जाने। वो भलिया जे तेनू कीर्तन एलर्जी है तेनू चुभदा है चला जा किसी ने तो जुड़ लैन दे, ये चलता नहीं शाम को बेशक मैं माफ़ी दे मुड़ के पता नहीं तुम्हें बाबे को कहो कि मैं गांह तो हो सकता बुलाने तो भी हट जाओ कि बा जी ज्ञानी जी कौड़ा बड़ा बोलता बोली बड़ी खुशक है तो हूँ नहीं जी बुला सानू नहीं चंगा लगता, पर दुख है इतने जुड़न लिए आने इतने टुटन लिए नहीं। हो सकता कोई गुरमुख जुड़ जाए वो दर्शन करके साडा भला हो जाए, अपराला करिया करो जुड़न का तो चुप कर शब्द सुरत परचा करे सतगुर परचे मन परचावे, बाकी दे पासे तो मन परचाउण दी बजाए अपनी सुरती नूं शब्द नाल जोड़ ते ए समझ आसा वेचन रास बुलावे। है तां संसार आसा वाला, इहदे च नरास पता नहीं कदों आवाज आवे ते आपां नूं चलना पै। गुरमुखो पता नहीं कदों चलना पाया। एक जयंतीपुर पिंड जे अमृतसर तो गुरदासपुर जाइए ना तो उत्थे एक नगर की मैनू नगर का नाम भुल गया जितों के बाबा जोगिंद्र सिंह जी होए ने नंगली पिंड, उत्थे रागी सिंह लावां का पाठ कर रहा है, बच्चा बच्ची गुरु पातशाह दी परिक्रमा करते हैं, दो परिक्रमा हुई तो तीजी परिक्रमा के मौके वो बीबी डिग पी तो मौत हो गई। जे मार है तो दो परिक्रमा किवें कर गई, दो परिक्रमा उस बीबी ने मगर मगर अपने पति के मगर कीतियां ने, होने वाले पति के मगर दो लावां लईयां ते जी दे आ गए। ये अपनी मनियाद जे अपनी फतेहगढ़ चूड़ियां के इलाके च गुरु का ग्रंथी सिंह इस तरह लावां का पाठ कर रहा, चार लावां होईयां ते अजे अरदास करनी ते गुरु की ताबे च पूरा हो गया।
ਕਹਿਣ ਦਾ ਭਾਵ ਆਸਾ ਵਿੱਚ ਨਿਰਾਸ ਬੁਲਾਏ। ਇਹ ਸੰਸਾਰ ਹੈ ਤਾਂ ਆਸਾ ਵਾਲਾ, ਪਰ ਨਿਰਾਸ ਰਹੋ ਕਿ ਮੈਂ ਪ੍ਰਾਹੁਣਾ ਪਤਾ ਨਹੀਂ ਕਦੋਂ ਆਵਾਜ਼ ਵੱਜ ਜਾਏ, ਮੈਂ ਪ੍ਰਾਹੁਣਾ ਪਤਾ ਨਹੀਂ ਕਦੋਂ ਆਵਾਜ਼ ਵੱਜ ਜਾਏ। ਇਸੇ ਤਰ੍ਹਾਂ ਗੁਰਸਿੱਖ ਨੇ ਕਮਾਈ ਕੀ ਕਰਨੀ, ਜਿਹੜੀ ਆਪਾਂ ਪੜ੍ਹਿਆ ਗੁਰ ਚੇਲਾ, ਚੇਲਾ ਗੁਰੂ, ਗੁਰਸਿੱਖ ਸੁਣ ਗੁਰ, ਸਿੱਖ ਸਦਾਵੇ। ਗੁਰੂ ਦਾ ਸਿੱਖ ਬਣ ਕੇ ਜੋ ਗੁਰੂ ਦੀ ਸਿੱਖਿਆ ਸੁਣਦਾ ਨਾ, ਉਹ ਚੇਲਾ ਗੁਰੂ ਅਤੇ ਗੁਰੂ ਦਾ ਚੇਲਾ ਇੱਕ ਰੂਪ ਹੋ ਸਦਾਉਂਦਾ। ਜੋ ਗੁਰੂ ਕਹਿੰਦਾ ਉਹਨੂੰ ਸੁਣੇ, ਉਹਨੂੰ ਕਮਾਵੇ। ਜਿਹੜਾ ਚੇਲਾ ਉਹ ਕਦੇ ਗੁਰੂ ਬਣ ਗਿਆ? ਚੇਲੇ ਬਣਨ ਲਈ ਵੀ ਕੋਈ ਯੋਗਤਾ ਚਾਹੀਦੀ ਹੈ ਨਾ। ਬਾਬਾ ਲਹਿਣਾ ਜੀ ਨੇ ਆਪਣੀ ਡਿਉੜੀ 'ਚ ਬੈਠੇ ਨੇ ਖਡੂਰ ਸਾਹਿਬ, ਇਹ ਗੁਰੂ ਕਾ ਸਿੱਖ ਭਾਈ ਜੋਧ ਉਹਦਾ ਨਾਂ ਹੈ। ਤੁਸੀਂ ਕਦੇ ਖਡੂਰ ਸਾਹਿਬ ਜਾਓ, ਮੇਰਾ ਨਿੱਜੀ ਵਿਸ਼ਵਾਸ ਹੈ, ਕੋਈ ਸਹਿਮਤ ਹੋਵੇ ਜਾਂ ਨਾ ਹੋ ਆਪੋ ਮਰਜ਼ੀ ਹੈ। ਸਾਨੂੰ ਸੰਤ ਗਿਆਨੀ ਕਰਤਾਰ ਸਿੰਘ ਹੋਰਾਂ ਕਿਹਾ ਸੀ ਵੀ ਗੁਰਮੁਖ ਖਡੂਰ ਸਾਹਿਬ, ਹਜ਼ੂਰ ਸਾਹਿਬ, ਹਜ਼ੂਰ ਸਾਹਿਬ, ਖਡੂਰ ਸਾਹਿਬ। ਜੇ ਕਿਸੇ ਕਾਰਨ ਕਰਕੇ, ਮਜਬੂਰੀ ਕਰਕੇ ਤੁਹਾਨੂੰ ਹਜ਼ੂਰ ਸਾਹਿਬ ਨਹੀਂ ਨਾ ਜਾਇਆ ਗਿਆ, ਤਾਂ ਖਡੂਰ ਸਾਹਿਬ ਚਲੇ ਜਾਇਆ ਕਰੋ। ਅਤੇ ਉਹਨਾਂ ਕਿਹਾ ਵੀ ਮੇਰਾ ਜਾਤੀ ਵਿਸ਼ਵਾਸ ਹੈ, ਕੋਈ ਸਹਿਮਤ ਹੋਣਾ ਜਾਂ ਨਾ ਹੋਣਾ ਇਹ ਆਪੋ ਆਪਣਾ ਮਾਮਲਾ। ਮੇਰਾ ਕਿਤੇ ਵੀ ਮਨ ਪਰੇਸ਼ਾਨ ਹੋਵੇ ਨਾ, ਤਾਂ ਮੈਂ ਖਡੂਰ ਸਾਹਿਬ ਜਾ ਕੇ ਮੱਥਾ ਟੇਕ, ਉਹਨਾਂ ਮੈਨੂੰ ਠੰਡ ਪੈ ਜਾਂਦੀ। ਇਸ ਖਡੂਰ ਦੇ ਲਾਗੇ ਸੰਘਰ ਪਿੰਡ ਹੈ, ਜਿੱਥੇ ਬਾਬਾ ਲਹਿਣੇ ਥੋੜ੍ਹਿਆਂ ਦਾ ਘਰ ਹੈ। ਇਹ ਨਗਰ ਹੋਣ ਕਰਕੇ ਇੱਥੇ ਦੁਕਾਨ ਕਰਦੇ ਨੇ। ਆਪਾਂ ਪੜ੍ਹਦੇ ਹਾਂ ਗੁਰਸਿੱਖੋਂ ਗੁਰਸਿੱਖ ਕਈ, ਪੀਰ ਪੀਰੋਂ ਕੋਈ। ਪੀਰ ਤੋਂ ਪੀਰ ਕੋਈ ਬਣਦਾ, ਪਰ ਗੁਰਸਿੱਖਾਂ ਤੋਂ ਕਈ ਗੁਰਸਿੱਖ ਬਣਦੇ ਹਨ। ਉਹ ਭਾਈ ਜੋਧ ਨਾਮ ਦਾ ਗੁਰਸਿੱਖ, ਅੱਗੇ ਢਾਬਾ ਸਾਹਿਬ ਹੁੰਦੀਆਂ ਸਨ, ਹੁਣ ਤਾਂ ਉਹਨਾਂ 'ਚ ਬੜੇ ਮੈਲਾ ਵਾਤਾਵਰਨ ਹੋ ਗਿਆ। ਭਾਈ ਜੋਧ ਢਾਬ ਤੋਂ ਇਸ਼ਨਾਨ ਕਰਕੇ ਆਸਾ ਦੀ ਵਾਰ ਪੜ੍ਹ ਰਿਹਾ, ਮੂੰਹ ਜ਼ਬਾਨੀ ਸਲੋਕ ਪੜ੍ਹਿਆ ਉਹਨੇ, ਪੌੜੀ ਪੜ੍ਹੀ। ਜਿੱਤ ਸੇਵੀਏ ਸੁੱਖ ਪਾਈਏ, ਸੋ ਸਾਹਿਬ ਸਦਾ ਸੰਭਾਲੀਏ। ਜਿੱਤ ਕੀਤਾ ਪਾਈਏ ਆਪਣਾ ਸਾ ਘਾਲ, ਬੁਰੀ ਕਿਉਂ ਘਾਲੀਏ। ਮੰਦਾ ਮੂੰਹ ਨਾ ਕੀਤੀ ਅਤੇ ਲੰਮੀ ਨਦਰ ਨਿਹਾਲੀਏ, ਜਿਉਂ ਸਾਹਿਬ ਨਾਲ ਨਾ ਹਾਰੀਏ ਅਤੇ ਵੇਹਾ ਪਾਸਾ ਢਾਲੀਏ। ਇਹ ਆਪਣੇ ਖਾਨਦਾਨੀ ਸੰਸਕਾਰਾਂ ਦੇ ਮੁਤਾਬਕ ਬਾਬਾ ਲਹਿਣਾ ਜੀ ਬੈਠੇ ਹੋਏ ਜਾਪ ਕਰਦੇ ਨੇ, ਕਿਉਂਕਿ ਇਹ ਪਹਿਲਾਂ ਦੇਵੀ ਦੇ ਉਪਾਸਕ ਸਨ। ਕੰਨਾਂ 'ਚ ਆਵਾਜ਼ ਪਈ, ਬਾਣੀ ਟੁੰਬ ਗਈ, ਆਵਾਜ਼ ਮਾਰੀ ਆਈ ਗੁਰਮੁਖਾ ਉਹ ਰਾਂ ਭਾਈ। ਭਾਈ ਜੋਧ ਜੀ ਆਏ, ਕਹਿੰਦੇ ਪ੍ਰੇਮੀਆਂ ਜੋ ਪੜ੍ਹਿਆ ਮੈਨੂੰ ਪੜ੍ਹ ਕੇ ਸੁਣਾ। ਉਹਨੇ ਫਿਰ ਪੜ੍ਹਿਆ, ਕਹਿੰਦੇ ਇੱਕ ਵਾਰ ਹੋਰ ਖੇਚੜ ਕਰ ਪੜ੍ਹ ਕੇ ਸੁਣਾ, ਮੈਨੂੰ ਬੜਾ ਆਨੰਦ ਸਵਾਦ ਬੜਾ ਆਈ। ਇਹ ਕੀ ਪੜ੍ਹਦਾ ਤੂੰ? ਕਹਿਣ ਲੱਗਾ ਜੀ ਮੇਰੇ ਸਤਿਗੁਰੂ ਪਾਤਸ਼ਾਹ ਕਰਤਾਰਪੁਰ ਸਾਹਿਬ ਨੇ ਦੇ, ਇਹ ਉਹਨਾਂ ਦੀ ਬਾਣੀ ਹੈ, ਇਹ ਮੈਨੂੰ ਦਾਤ ਉਹਨਾਂ ਕੋਲ ਮਿਲੀ ਹੈ। ਮਨ ਦੇ ਵਿੱਚ ਖਿੱਚ ਪੈਦਾ ਹੋ ਗਈ ਵੀ ਮੈਂ ਉੱਥੇ ਜਾ ਕੇ ਦਰਸ਼ਨ ਉਦਾਰੇ ਕਰਾਂ ਜਿਹਨਾਂ ਦੀ ਬਾਣੀ ਹੈ। ਢੋ ਢੁੱਕਾ ਆਪਣੇ ਖਾਨਦਾਨੀ ਸੰਸਕਾਰਾਂ ਦੇ ਮੁਤਾਬਕ ਇਹ ਆਪਣੇ ਜਥੇ ਨੂੰ ਲੈ ਕੇ ਨੈਣਾ ਦੇਵੀ ਨੂੰ ਜਾ ਰਹੇ ਸਨ, ਪਰ ਮਨ ਵਿੱਚ ਫੁਰਨਾ ਵੀ ਮੈਂ ਕਦੋਂ ਦਰਸ਼ਨ ਕਰਾਂ। ਸਾਡੇ ਵਿਦਵਾਨ ਵੀਰਾਂ ਦਾ ਇੱਕ ਬੰਦ ਹੈ, ਹਿਰਦੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਉਹ ਦਿਨ ਰਾਤ ਪੈ ਬਹਿੰਦੇ। ਇੱਕ ਅੰਗਰੇਜ਼ੀ ਦੇ ਵਿਦਵਾਨ ਟੈਨੀਸਨ ਦੀ ਕਵਿਤਾ ਹੈ, ਉਹਦਾ ਸਿਰਲੇਖ ਹੈ ਬਰੁੱਕ। ਫਾਰ ਮੈਨ ਮੈਂ ਕਮ ਐਂਡ ਮੈਨ ਮੈਂ ਗੋ, ਬਟ ਆਈ ਗੋ ਔਨ ਫਾਰ ਐਵਰ। ਕੋਈ ਆ ਕੋਈ ਚਲਾ ਗਿਆ, ਮੈਂ ਤੁਰਿਆ ਜਾਂਦਾ ਝਰਨਾ ਜਿਹੜਾ। ਉਹਨਾਂ ਨੂੰ ਕਹਿਣ ਲੱਗੇ ਗੁਰਮੁਖੋ ਤੁਸੀਂ ਇੱਥੇ ਟਿਕੋ, ਮੈਂ ਦਰਸ਼ਨ ਕਰਾਵਾਂ। ਗੁਰਮੁਖੋ ਆਪਾਂ ਗੁਰੂ ਵਾਲੇ ਪਾਸੇ ਤੁਰਦੇ ਨਹੀਂ ਜੇ, ਰੌਂਗਟੇ ਖੜ੍ਹੇ ਹੋ ਜਾਂਦੇ ਨੇ। ਬਾਬਾ ਲਹਿਣਾ ਜੀ ਘੋੜੀ 'ਤੇ ਚੜ੍ਹੇ ਨੇ ਅਤੇ ਗੁਰੂ ਨਾਨਕ ਅੱਗੋਂ ਪੈਦਲ ਲੈਣ ਤੁਰ ਪਏ, ਪੈਦਲ ਰਾਜ ਮਿਲਾਪ ਹੋ ਗਿਆ। ਕਹਿੰਦੇ ਬਜ਼ੁਰਗਾ ਮੈਂ ਗੁਰੂ ਨਾਨਕ ਪਾਤਸ਼ਾਹ ਦਰਸ਼ਨ ਕਰਨੇ ਨੇ, ਅਤੇ ਕਹਿਣ ਲੱਗੇ ਜੀ ਮਗਰ ਮਗਰ ਤੁਰਿਆ ਉਹ। ਜਦੋਂ ਚਲੇ ਗਏ
ਉੱਥੇ ਲਿਖਿਆ ਕਿ ਇੱਕ ਪਿੱਪਲ ਦਾ ਬੜਾ ਵੱਡਾ ਦਰਖਤ ਸੀ। ਕਹਿਣ ਲੱਗੇ ਪ੍ਰੇਮੀ ਇਹਦੇ ਨਾਲ ਆਪਣਾ ਘੋੜੀ ਬੰਨ ਦੇ। ਉਹਨਾਂ ਘੋੜੀ ਬੰਨ ਦਿੱਤੀ। ਸਤਿਗੁਰੂ ਪਾਤਸ਼ਾਹ ਆਪਣੇ ਆਸਣ 'ਤੇ ਸਵਾਇਮਾਨ ਹੋ ਗਏ। ਅੰਦਰ ਗਏ ਅਤੇ ਕੀ ਵੇਖਿਆ, ਜਿਹੜੇ ਘੋੜੀ ਦੇ ਅੱਗੇ ਅੱਗੇ ਆਏ ਤਾਂ ਉਹ ਗੁਰੂ ਨਾਨਕ ਪਾਤਸ਼ਾਹ ਨੇ। ਕਹਿਣ ਲੱਗੇ ਜੀ ਬਹੁਤ ਗਲਤੀ ਹੋਈ, ਮੈਂ ਭੁੱਲ ਗਿਆ। ਕਹਿੰਦੇ ਭਲਿਆ ਕਿਉਂ? ਕਹਿਣ ਲੱਗਾ ਜੀ ਤੁਸੀਂ ਪੈਦਲ ਆਏ ਅਤੇ ਮੈਂ ਘੋੜੀ 'ਤੇ ਚੜ੍ਹ ਕੇ ਆਇਆ। ਧੰਨ ਗੁਰੂ ਨਾਨਕ ਪਾਤਸ਼ਾਹ ਸੇ 'ਤੇ। ਕਹਿਣ ਲੱਗੇ ਗੁਰਮੁਖਾ ਭਲਿਆ ਤੇਰਾ ਨਾਂ ਕੀ ਹੈ? ਕਹਿੰਦਾ ਜੀ ਮੇਰਾ ਨਾਂ ਲੈਣਾ ਹੈ। ਅਤੇ ਸਤਿਗੁਰੂ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਭਲਿਆ ਨਾਂ ਤੇਰਾ ਬੜਾ ਕਮਾਲ ਦਾ ਹੈ, ਜੇ ਲੈਣਾ ਤਾਂ ਲੈਣੇਦਾਰ ਜਿਹੜੇ ਹੁੰਦੇ ਨੇ ਘੋੜੀਆਂ 'ਤੇ ਚੜ੍ਹ ਕੇ ਆਉਂਦੇ ਹੁੰਦੀ, ਤੂੰ ਲੈਣਾ ਅਸੀਂ ਦੇਣਾ, ਤੂੰ ਲੈਣਾ ਅਸੀਂ ਦੇਣਾ। ਅਤੇ ਬਾਬੇ ਲਹਿਣੇ ਨੇ ਆਖਿਆ ਮੈਂ ਭੁੱਲਾ। ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਗੱਲ ਬਣ ਗਈ, ਜੇ ਭੁੱਲਾਂ ਤਾਂ ਤੇਰੇ 'ਤੇ ਕਤਾਲ ਭਲਾ ਕਰੇਗਾ। ਮੈਂ ਹਰ ਥਾਂ 'ਤੇ ਜਾਣਾ, ਮੈਂ ਪਿਛਲੀ ਸਾਲ ਵੀ ਤੁਹਾਨੂੰ ਬੇਨਤੀ ਕੀਤੀ ਸੀ, ਆਪਾਂ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਕਰਨਾ ਚਾਹੀਦਾ ਹੈ, ਪੰਜਾਂ ਕਕਾਰਾਂ ਦੀ ਰਹਿਤ ਰੱਖਦੇ ਕਰਨੀ ਚਾਹੀਦੀ ਹੈ। ਲੇਕਿਨ ਇਹ ਤਿੰਨ ਭਲੇ ਵੀ ਆਪਣੇ ਕਿਤੇ ਜੀਵਨ ਦਾ ਅੰਗ ਬਣਾ ਲਿਓ ਤਾਂ ਗੁਰਮੁਖ ਬੇੜਾ ਬੰਨੇ ਹੋ ਜਾਏਗਾ। ਪੱਬਾ ਭਲਾ, ਪੱਬਾ ਭਾਣਾ ਅਤੇ ਪੱਬਾ ਭੁੱਲਾ, ਆਪਾਂ ਤਾਂ ਪੈਰਾਂ 'ਤੇ ਪਾਣੀ ਨਹੀਂ ਪੈਣ ਦਿੰਦੇ। ਮੈਂ ਕਦੇ ਗਲਤੀ ਕੀਤੀ ਨਹੀਂ, ਕਿਤੇ ਬਿਨਾਂ ਗਲਤੀ ਤੋਂ ਮੇਰਾ ਪਰਸਨਲੀ ਵਿਸ਼ਵਾਸ ਹੈ। ਆਪਾਂ ਨੂੰ ਕਿਵੇਂ ਕਹਿੰਦੇ ਫਲਾਣੇ ਗਲਤੀ ਕੀਤੀ ਅਤੇ ਉਹ ਮਾਫ਼ੀ ਮੰਗਾਉਣੀ ਹੈ? ਮੇਰਾ ਜ਼ਿੰਦਗੀ ਦਾ ਤਰਜ਼ਬਾ ਮੈਂ ਦਿਲੋਂ ਕਹਿ ਰਿਹਾ ਜੇ ਅੰਦਰੋਂ, ਕਿਤੇ ਬਿਨਾਂ ਗਲਤੀ ਤੋਂ ਮਾਫ਼ੀ ਮੰਗਣੀ ਪੈ ਨਾ। ਜਿਹੜਾ ਸਵਾਦ ਆਉਂਦਾ ਮੈਂ ਦੱਸ ਨਹੀਂ ਦੇ ਸਕਦਾ, ਗਲਤੀ ਕੋਈ ਨਹੀਂ ਕੀਤੀ, ਕਹਿੰਦੇ ਮਾਫ਼ੀ ਮੰਗਾਉਣੀ। ਅਤੇ ਕਿਤੇ ਮੰਗ ਕੇ ਵੇਖੀਏ, ਇੰਨਾ ਸਵਾਦ ਆਉਂਦਾ ਕਹਿਣ ਤੋਂ ਪਰੇ ਤਾਂ ਆਪਾਂ ਤਾਂ ਗਲਤ ਹੁੰਦਿਆਂ ਵੀ ਪੈਰਾਂ 'ਤੇ ਪਾਣੀ ਨਹੀਂ ਪੈਣ ਦਿੰਦੇ। ਗੁਰੂ ਕੇ ਸਿੱਖ ਹਾਂ, ਆਖੀਏ ਮੈਂ ਭੁੱਲਾ, ਗੁਰਮੁਖਾ ਰੱਬ ਤੇਰਾ ਭਲਾ ਕਰੇ, ਜੋ ਘਜੋਰਿਆ ਤੇਰੇ ਭਾਣੇ ਵਿੱਚ ਹੈ। ਇਹ ਇਸ ਪੰਕਤੀ ਦੀ ਵਿਆਖਿਆ, ਗੁਰਚੇਲਾ ਚੇਲਾ ਗੁਰੂ, ਗੁਰਸਿੱਖ ਸੁਣ ਗੁਰਸਿੱਖ ਸਦਾਵੇ, ਜਿਹੜਾ ਗੁਰੂ ਦਾ ਸਿੱਖ ਬਣ ਕੇ ਜਿਹੜਾ ਗੁਰੂ ਦੀ ਸਿੱਖਿਆ ਸੁਣਦਾ ਨਾ, ਉਹ ਚੇਲਾ ਗੁਰੂ ਅਤੇ ਗੁਰੂ ਚੇਲਾ ਬਣ ਜਾਂਦਾ। ਜਿਹੜਾ ਚੇਲਾ ਸੀ ਨਾ ਬਾਬਾ ਲਹਿਣਾ, ਉਹ ਗੁਰੂ ਅੰਗਦ ਰੂਪ ਬਣ ਗਿਆ। ਇੰਨਾ ਮਹਾਨ ਸਨਮਾਨ ਸ਼ਾਇਦ ਦੁਨੀਆ 'ਚ ਕਿਤੇ ਨਾ ਮਿਲਿਆ ਹੋਵੇ। ਉਹ ਬਾਬਾ ਨਾਨਕ ਜਿਹਨੂੰ ਸਾਰਾ ਸੰਸਾਰ ਮੱਥਾ ਟੇਕਦਾ ਹੈ, ਉਹ ਆਪਣੇ ਲਹਿਣੇ ਦੇ ਅੱਗੇ ਮੱਥਾ ਟੇਕ ਕੇ ਕਹਿੰਦਾ, ਗੁਰੂ ਅੰਗਦ ਰੂਪ, ਹੁਣ ਤੂੰ ਅਤੇ ਮੇਰੇ 'ਚ ਫਰਕ ਕੋਈ ਨਹੀਂ, ਤੇਰੇ ਅਤੇ ਮੇਰੇ 'ਚ ਕੋਈ ਫਰਕ ਨਹੀਂ। ਭਾਈ ਗੁਰਦਾਸ ਲਿਖਦੇ ਨੇ, ਦਿੱਤਾ ਛੱਡ ਕਰਤਾਰਪੁਰ ਬੈਠ ਖਡੂਰੇ, ਜੋ ਚੁਕਾਵੇ। ਸਿੱਖਾਂ ਨੂੰ ਆਖਿਆ ਵੀ ਗੁਰਮੁਖ ਹੁਣ ਕਰਤਾਰਪੁਰ ਸਾਹਿਬ ਆਉਣ ਦੀ ਬਜਾਏ ਖਡੂਰ ਜਾਇਆ ਕਰੋ, ਜੋਤ ਉੱਥੇ ਜਗਦੀ। ਜੋਤ ਜੋਤ ਆ ਦੀਵੇ ਭਾਵ ਨਹੀਂ, ਜਿਹੜੀ ਅਧਿਆਤਮਿਕ ਜੋਤ ਹੈ, ਜਿਹੜੀ ਸਾਨੂੰ ਗਾਈਡ ਕਰਦੀ ਹੈ, ਜਿਹੜੀ ਸਾਨੂੰ ਰਾਹ ਪਾਉਂਦੀ, ਜਿਵੇਂ ਗੁਰਬਾਣੀ ਜਗ ਮੈਂ ਚੰਨ। ਇਸ ਪ੍ਰਕਾਰ ਜਿਹੜਾ ਗੁਰੂ ਹੈ ਉਹ ਸਿੱਖ ਹੈ ਅਤੇ ਸਿੱਖ ਗੁਰੂ ਹੈ। ਔਰ ਸਮਾਂ ਆਉਂਦਾ ਵੀ ਜਿਹੜਾ ਚੇਲਾ ਉਹ ਵੀ ਗੁਰੂ ਦੀ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ। ਇਹ ਸਿੱਖ ਦੀ ਨਿੱਤ ਦੀ ਕਮਾਈ। ਇੱਕ ਮਨ ਇੱਕ ਆਰਾਧਣਾ, ਬਾਹਰ ਜਾਂਦਾ ਵਰਜ ਰਹਾਵੇ। ਕਹਿੰਦੇ ਇਸ ਪ੍ਰਕਾਰ ਇੱਕ ਮਨ ਹੋ ਕੇ ਪਰਮਾਤਮਾ ਦਾ ਧਿਆਨ ਰੱਖੇ ਅਤੇ ਬਾਹਰ ਜਾਂਦੇ ਮਨ ਨੂੰ ਰੋਕ ਕੇ ਅੰਦਰ ਰੱਖੇ। ਇੱਕ ਇਹ ਵੀ ਪੰਕਤੀ ਆਉਂਦੀ, ਇੱਕ ਮਨ ਇੱਕ ਆਰਾਧਣਾ, ਇੱਕ ਮਨ ਹੋ ਕਰਕੇ ਅਤੇ ਇੱਕ ਚਿੱਤ ਹੋ ਕੇ, ਨਾ ਹੋਏ ਦਚਿੱਤਾ, ਦਚਿੱਤੇ ਪੁਣੇ 'ਚ ਨਹੀਂ ਰਹਿਣਾ। ਉਹ ਸੇਮ ਇੱਥੇ ਸਿਧਾਂਤ ਹੈ, ਇੱਕ ਮਨ ਇੱਕ ਆਰਾਧਣਾ, ਬਾਹਰ ਜਾਂਦਾ ਵਰਦਰਾਵੇ। ਇੱਕ ਮਨ ਇੱਕ ਆਰਾਧਣ ਦਾ ਕੀ ਅਰਥ ਹੈ? ਆਪਾਂ ਰੋਜ਼ ਰਹਿ ਰਹਾ ਸਾ ਪੜ੍ਹ ਕੇ ਧਿਆਨ ਦਿਆ ਜੇ, ਸਾਨੂੰ ਗੁਰੂ ਪਾਤਸ਼ਾਹ ਨੇ ਯੁਕਤੀ ਦੱਸੀ ਜੇ, ਅੰਤਰ ਗੁਰ ਆਰਾਧਣਾ, ਜੇ ਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰਨਾਉ, ਸਤਿਗੁਰ ਸੇਤੀ ਰਤਿਆਂ ਦਰਗੇ ਪਾਈਏ ਠਾਓ। ਮੇਰਾ ਖਿਆਲ ਹੈ ਵੀ ਜੇ ਆਪਾਂ ਇਹੋ ਪੰਕਤੀ ਨੂੰ ਸਮਝ ਲਈਏ ਨਾ ਤਾਂ ਮਸਲਾ ਹੱਲ। ਇਕੱਲੀ ਇਹੋ ਸ਼ਬਦ ਜਿਹੜਾ ਆਪਾਂ ਮੈਂ ਪੜ੍ਹਿਆ, ਇੱਕੋ ਸ਼ਬਦ ਅੰਤਰ ਗੁਰ ਆਰਾਧਣਾ, ਭਾਵ ਆਪਣੀ ਬਿਰਤੀ ਨੂੰ ਅੰਤਰ ਮੁੱਖ ਕਰ, ਅੰਤਰ ਮੁੱਖ ਬਾਹਰ ਨਾ ਝਾਕ। ਜੇ ਬਾ ਜਪ ਗੁਰਨਾਉ, ਨਾਲ ਬੋਲ, ਕਿਉਂਕਿ ਜੇ ਬੋਲੇਗਾ ਨਾ ਤਾਂ ਨੀਂਦ ਨਹੀਂ ਆਏਗੀ। ਜਦੋਂ ਆਪਾਂ ਕਈ ਵਾਰ ਇੱਕ ਚੁੱਪ ਕਰਕੇ ਅਤੇ ਅੱਖਾਂ ਮੀਟਦੇ ਨਾ, ਨੀਂਦ ਆ ਜਾਂਦੀ। ਜੇ ਬੋਲਾਂਗੇ ਤਾਂ ਨੀਂਦ ਨਹੀਂ ਆਏਗੀ।
अंतर गुर रतना जेवा जब गुर नाओ नेत्री सतगुर पेखना ते अपनी सुरती गुरु वाले पासे रख सरवणी सुनना गुर नाओ जो बोलदा उन्हूं कन्नां नाल सुन ये आप सारे जने वेखिया जे आप पाठ करते ना तो नाल कहने भला मैं कित्थे कसां ये मैं तुहाडा पता नहीं मैं तो अपनी दसूंगा जे बाणी पढ़ते हैं भुल जाता भी मैं कड़ी पौड़ी पड़ी कही मैं भला कित्थे कसां ये भलिया पढ़ा तू तो दोनों की पता तू कित्थे सां इहदा पाप तू कदे भी नहीं सरवणी सुनना गुर नाओ तो जे इत्थे ना सतगुर सेती रत्या दरगे पाई ठाओ बस गल बन गई इस नाम के नाल तू रंगया जाएगा तो जिहड़ा तेरा टारगेट पूरा हो जाएगा तेनों परमात्मा दरगाह भी थां बैठी होर की लैना है एक मन एक रदना बाहर जाता वरद लावे एक मन हो करके परमात्मा की अंतरमुख बिरति करके रदना कर तो जिहड़ा तेरा मन वार बार जाता ना उन रोक जिहड़ा आपां वार बार कहने कई गुरमुख पैर रागी सिंह कहते बोलो जी वाहगुरू आपां कहने जी इन्हों टाइम पास करते आप मम्मी उन्हां चा जो रागी संगत ना वाहगुरु जी बोलो आप कहने कख नहीं आता टाइम पास करता ही लेकिन निशाना साढ़ा सारिया का वाहगुरू ही टुटदा भावें किसी ढंग ये वार बार वाहगुरू कह का भाव हों भी जो मन बाहर गया उन्होंने आखी भी भलिया पुरशा अंदर आ जा इस काम लिए तू आया अगे कृपा करते हैं हुक्मे बंदा होए कै खसमे दा भाणा दिस भावै इस प्रकार हुक्म दा दास हो करके वाहगुरू का जो भाणा ਉਹਨੂੰ ਚੰਗਾ ਲੱਗੇ ਉਹ ਤੂੰ ਮੁਨਕਰ ਨਾ ਆਵੇ ਵੀ ਜੋ ਉਹਨੇ ਕੀਤਾ ਨਾ ਆਖੇ ਵਾਹਿਗੁਰੂ ਜੋ ਤੂੰ ਕਰਦਾ ਚੰਗਾ ਕਰਦਾ ਜਿਹਨੂੰ ਆਪਾਂ ਰੋਜ਼ ਪੜ੍ਹਦੇ ਹਾਂ ਜੋ ਤੁਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਮੁਰਦਾ ਹੋਏ ਮਰੀਜ਼ ਸੋਏ ਕੋ ਬਿਰਲਾ ਗੁਰ ਗੋਰ ਸਮਾਵੈ ਕਹਿੰਦੇ ਇਸ ਪ੍ਰਕਾਰ ਜੋ ਮੁਰਦਾ ਆ ਜਾਵੇ ਉਹ ਮਰੀਜ਼ ਹੈ ਪਰੰਤੂ ਕੋਈ ਬਿਰਲਾ ਹੀ ਮਰੀਜ਼ ਹੈ ਜੋ ਗੁਰੂ ਗੋਰ ਵਿਖੇ ਡੇਰਾ ਰੱਖਦਾ ਹੈ ਜਿਵੇਂ ਸਾਡੇ ਮੁਸਲਮਾਨ ਭਰਾ ਕਬਰ ਦੇ ਵਿੱਚ ਮੁਰਦੇ ਨੂੰ ਰੱਖਦੇ ਨੇ ਨਾ ਇਸੇ ਤਰ੍ਹਾਂ ਕਹਿੰਦੇ ਵੀ ਗੁਰੂ ਰੂਪੀ ਗੁਰੂ ਦੇ ਉਪਦੇਸ਼ ਰੂਪੀ ਕਬਰ ਦੇ ਵਿੱਚ ਆਪਣੇ ਆਪ ਨੂੰ ਰੱਖਣਾ ਕਰ ਸਾਨੂੰ ਜਦੋਂ ਵੀ ਕੋਈ ਗੱਲ ਕਰੀਏ ਤਾਂ ਉਹਨੂੰ ਹਰ ਪੱਖੋਂ ਵਿਚਾਰਨਾ ਪੈਂਦਾ ਮੈਂ ਵੇਖਿਆ ਨਹੀਂ ਪਰ ਸੁਣਿਆ ਜਦੋਂ ਮੁਸਲਮਾਨ ਭਰਾ ਕਬਰ ਪੁੱਟਦੇ ਨੇ ਨਾ ਉਹ ਕਬਰ ਪੁੱਟਣ ਵਾਲਾ ਵੀਰ ਉਹਦੇ 'ਚ ਬਹਿ ਕਰਕੇ ਵੇਹਦਾ ਹੈ ਜਿਹੜਾ ਪੁੱਟਣ ਵਾਲਾ ਕਬਰ ਅਤੇ ਬਹਿ ਕਰਕੇ ਇੱਕ ਜਗ੍ਹਾ ਬਣਾਉਂਦਾ ਵੀ ਇਹਦੇ ਨਾਲ ਜਦੋਂ ਮੁਰਦਾ ਦੱਬਾਂਗੇ ਤਾਂ ਇੱਕ ਬੰਦੇ 'ਤੇ ਬਹਿਣ ਜੋਗੀ ਥਾਂ ਹੈ ਇਹ ਮੈਂ ਪੜ੍ਹਿਆ ਜੀ ਗ੍ਰੰਥਾਂ 'ਚ ਸੁਣਿਆ ਵੀ ਆ ਵੇਖਿਆ ਨਹੀਂ ਉਹ ਕਾਰਨ ਕੀ ਕਿ ਉਹ ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨ ਵੀਰਾਂ ਦਾ ਇੱਕ ਵਿਸ਼ਵਾਸ ਹੈ ਕਿ ਜਦੋਂ ਉਸ ਬੰਦੇ ਨੂੰ ਦਫਨਾ ਕੇ ਜਾਂਦੇ ਨੇ ਨਾ ਇਹ ਉਹਨਾਂ ਦਾ ਵਿਸ਼ਵਾਸ ਅਸੀਂ ਖੰਡ ਨਹੀਂ ਕਰ ਸਕਦੇ ਉਦੋਂ ਜਿਹੜੇ ਉਹਨਾਂ ਦੇ ਧਰਮ ਵਿੱਚ ਜਿਵੇਂ ਆਪਣੇ ਤਿੰਨ ਦੇਵਤੇ ਨੇ ਬ੍ਰਹਮਾ ਵਿਸ਼ਨੂੰ ਅਤੇ ਮਹੇਸ਼ ਇਸੇ ਤਰ੍ਹਾਂ ਇਸਲਾਮ ਦੇ ਵਿੱਚ ਉਹਨਾਂ ਦੇ ਚਾਰ ਫਰਿਸ਼ਤੇ ਨੇ ਜਬਰਾਈਲ ਅਸਰਾਈਲ ਮੇਕਾਈਲ ਅਤੇ ਅਸਰਾਫੀਲ ਜਿਹੜਾ ਜੀਵ ਨੂੰ ਲਿਜਾਂਦਾ ਉਹਨੂੰ ਕਹਿੰਦੇ ਨੇ ਅਜਰਾਈਲ ਜਿਹੜਾ ਜਬਰਾਈਲ ਫਰਿਸ਼ਤਾ ਹੈ ਨਾ ਉਹਨਾਂ ਦੇ ਵਿਸ਼ਵਾਸ ਮੁਤਾਬਕ ਉਹਦੇ ਕੋਲ ਬਹਿੰਦਾ ਅਤੇ ਉਹਦੇ ਕੋਲ ਲੇਖਾ ਜੋਖਾ ਮੰਗਦਾ ਹਿਸਾਬ ਕਿਤਾਬ ਲੈਂਦਾ ਵੀ ਤੂੰ ਆਹ ਕੀਤਾ ਅਤੇ ਜਦੋਂ ਉਹ ਨਮਾਜ਼ ਪੜ੍ਹਦੇ ਨੇ ਉਦੋਂ ਖੱਬੇ ਨਮਾਜ਼ ਦੀ ਸਮਾਪਤੀ ਸਮੇਂ ਜਿਵੇਂ ਆਪਾਂ ਮੱਥਾ ਟੇਕਦੇ ਨਾ ਉਹ ਇੱਕ ਪਹਿਲਾਂ ਸੱਜੇ ਪਾਸੇ ਨੂੰ ਮੂੰਹ ਕਰਦੇ ਅਤੇ ਕਹਿੰਦੇ ਸਲਾਮਾਂ ਅਲੈਕੁਮ ਮੁੜ ਕੇ ਖੱਬੇ ਪਾਸੇ ਨੂੰ ਮੂੰਹ ਕਰਕੇ ਕਹਿੰਦੇ ਨੇ ਸਲਾਮਾਂ ਅਲੈਕੁਮ ਉਹਨਾਂ ਦੇ ਵਿਸ਼ਵਾਸ ਮੁਤਾਬਕ ਇਹ ਦੋਵੇਂ ਦੇਵਤੇ ਬੈਠੇ ਨੇ ਇੱਕ ਨੇਕੀ ਦਾ ਅਤੇ ਇੱਕ ਬਦੀ ਦਾ ਉਸ ਮੌਕੇ ਉਹਦੀ ਉਹ ਸਿਫਾਰਿਸ਼ ਕਰਨਗੇ ਇਸਲਾਮ ਦਾ ਸਿਧਾਂਤ ਇਸੇ ਤਰ੍ਹਾਂ ਗੁਰੂ ਰੂਪੀ ਗੋਰਵੇ ਸਮਾਉਣ ਤੋਂ ਭਾਵ ਵੀ ਗੁਰੂ ਦੇ ਉਪਦੇਸ਼ ਵਿੱਚ ਆਪਣੇ ਆਪ ਨੂੰ ਅਭੇਦ ਕਰ ਅਤੇ ਗੁਰਮੁਖਾ ਜਿਹੜੇ ਤੇਰੇ ਕਰਮ ਨੇ ਨਾ ਇਹ ਇਸ ਮੌਕੇ 'ਤੇ ਤੇਰੀ ਗਵਾਹੀ ਦੇਣਗੇ ਜੇ ਚੰਗੇ ਕੀਤੇ ਤਾਂ ਚੰਗੇ ਗਵਾਹੀ ਦੇਣਗੇ ਜੇ ਮਾੜੇ ਕੀਤੇ ਤਾਂ ਮਾੜੇ ਗਵਾਹੀ ਦੇਣਗੇ ਪੈਰੀ ਪੈ ਪਾ ਖਾਕ ਹੋਏ ਪੈਰਾਂ ਉੱਪਰ ਸੀਸ ਧਰਾਵੇ ਕਹਿੰਦੇ ਗੁਰਮੁਖਾ ਪੈਰੀ ਪੈ ਕੇ ਗੁਰੂ ਦੇ ਪੈਰਾਂ ਦੀ ਖਾਕ ਹੋ ਜਾ ਸਵਾਹ ਹੋ ਜਾ ਅਤੇ ਗੁਰਸਿੱਖ ਦੇ ਪੈਰਾਂ ਦੇ ਉੱਪਰ ਸਿਰ ਝੁਕਾਉਂਦਾ ਜੋ ਦਿਸੇ ਗੁਰਸਿੱਖੜਾ ਅਤੇ ਇਸ ਨਿਮ ਨਿਮ ਲਾਗੋਂ ਪਾਏ ਜੀਓ ਇੱਥੇ ਮੈਨੂੰ ਇਸ ਖਾਕ ਤੋਂ ਗੱਲ ਚੇਤੇ ਆ ਗਈ ਸ਼ਾਇਦ ਕਿਸੇ ਨੂੰ ਕੋਈ ਚੰਗੀ ਲੱਗੇ ਕਿਸੇ ਨੂੰ ਨਾ ਵੀ ਲੱਗੇ
ਸਲਾਲੇ ਪਿੰਡ ਦੇ ਕੋਲ ਇੱਕ ਨਿੱਕਾ ਜਿਹਾ ਬਸੰਤ ਨਗਰ ਹੈ ਅਤੇ ਉੱਥੇ ਜਥਾ ਹਰ ਸਾਲ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਮੌਕੇ 'ਤੇ ਆਉਂਦਾ ਸੀ ਇੱਕ ਹਫ਼ਤਾ। ਮੇਰੀ ਜ਼ਿੰਦਗੀ 'ਚੋਂ ਇੱਕ ਬਹੁਤ ਵੱਡੀ ਘਟਨਾ 'ਤੇ ਜਿਹਨੂੰ ਮੈਂ ਸਾਹਮਣੇ ਰੱਖ ਕੇ ਆਪਣੀ ਜ਼ਿੰਦਗੀ ਨੂੰ ਬਸਰ ਕਰ ਰਿਹਾ ਨਾ, ਮੈਂ ਤਾਂ ਕਹਿਣ ਲੱਗਾ। ਰਾਤ ਦੇ ਕੋਈ 10 ਵਜੇ ਦੇ ਕਰੀਬ ਇੱਕ ਬੀਬੀ ਆਈ ਅਤੇ ਉਹਨੇ ਸੰਤ ਬਾਬਾ ਕਰਤਾਰ ਸਿੰਘ ਹੋਰਾਂ ਨੂੰ ਸਵੈਟਰ ਭੇਟ ਕੀਤਾ, ਬਿਨਾਂ ਬਾਹਵਾਂ ਤੋਂ ਇਕੱਲਾ ਸਵੈਟਰ। ਅਤੇ ਮੈਨੂੰ ਅਗਲ ਘੱਟ ਹੈ, ਮੈਂ ਕੋਲੋਂ ਬੋਲ ਪਿਆ ਜੀ ਇਹ ਕਿਸੇ ਕੰਮ ਦਾ ਨਹੀਂ। ਉਹਨਾਂ ਬੀਬੀ ਨੇ ਸਵੈਟਰ ਦਿੱਤਾ, ਸੰਤਾਂ ਲੈ ਲਿਆ ਅਤੇ ਮੈਂ ਕਿਹਾ ਜੀ ਕਿਸੇ ਕੰਮ ਦਾ ਨਹੀਂ। ਉਹ ਵਿਚਾਰੀ ਦੇ ਮਨ ਨੂੰ ਸੱਟ ਵੀ ਲੱਗੀ ਹੋਵੇਗੀ। ਉਹ 2 ਕੁ ਮਿੰਟਾਂ ਤੋਂ ਬਾਅਦ ਐਂ ਸਿਰ ਝੁਕਾ ਕੇ ਚਲੀ ਗਈ ਅਤੇ ਸੰਤ ਜੀ ਮੈਨੂੰ ਕਹਿਣ ਲੱਗੇ ਵੀ ਮੈਂ ਤਾਂ ਤੇਰਾ ਬੜਾ ਸਨਮਾਨ ਕਰਦਾ ਸਭ, ਵੀ ਤੂੰ ਸਿਆਣਾ ਪਰ ਤੂੰ ਤਾਂ ਬਹੁਤ ਸ਼ਦਾਈ ਹੈ। ਮੈਂ ਕਿਹਾ ਜੀ ਕਿਉਂ? ਮੈਂ ਕਿਹਾ ਤੂੰ ਕਿਹਾ ਸਵੈਟਰ ਮੜਾ, ਮੈਂ ਕਿਹਾ ਜੀ ਹੁਣ ਚੰਗਾ ਹੋ ਗਿਆ, ਵੀ ਤੂੰ ਫਿਰ ਉੱਥੋਂ ਦਾ ਉੱਥੇ ਜਿਵੇਂ ਖੋਤਾ ਨਾ, ਅਤੇ ਹੁਣ ਕਿੰਨੀਆਂ ਵੀ ਛੱਡਾਂ ਮਾਰੀ ਉਹ ਆਪਣੀ ਆਦਤ ਨਹੀਂ ਬਦਲਦਾ। ਕਹਿਣ ਲੱਗੇ ਕਿਵੇਂ? ਮੈਂ ਕਿਹਾ ਜੀ ਆਪਣੇ ਜਿਹੜੀ ਪਿੰਡਾਂ ਵਾਲੇ ਸਾਡੇ ਲਾਗੇ ਦੇ ਕਸੂਰ ਸਾਹਿਬ ਮੇਰੇ ਪਿੰਡ ਤੋਂ 6 ਮੀਲ ਹੈ ਅਤੇ ਉਹ ਸਾਡੇ ਪਿੰਡਾਂ ਦੇ ਲਾਲਿਆਂ ਦਾ ਉੱਥੇ ਫੈਕਟਰੀ ਹੈ ਅਤੇ ਮੈਂ ਉਹਨਾਂ ਦੇ ਕੋਲ ਰਿਹਾ, ਮੈਂ ਜਦੋਂ ਈਸਾਈ ਧਰਮ ਦੀ ਪੜ੍ਹਾਈ ਕੀਤੀ ਹੈ। ਅਤੇ ਮੈਂ ਕਿਹਾ ਜੀ ਮੈਨੂੰ ਹੁਣ ਦਾ ਬੜਾ ਤਜਰਬਾ ਹੈ, ਇਹ 2 32 ਦੀ ਹੁੰਦੀ ਹੈ, 1 2 22 ਦੀ ਹੁੰਦੀ ਹੈ, ਇਹ ਤਾਂ ਇਕੱਲੇ ਕਿਸੇ ਕੰਮ ਨਹੀਂ। ਮੈਨੂੰ ਖਾਕ ਤੋਂ ਗੱਲ ਚੇਤੀ, ਮੈਂ ਤਾਂ ਕਹਿਣ ਲੱਗਾ ਜੀ। ਮੈਨੂੰ ਕਹਿੰਦੇ ਜਸਵੰਤ ਸਿੰਘ ਦੇਣਾ ਬੜਾ ਸੌਖਾ ਹੈ, ਦੇਣਾ ਬੜਾ ਔਖਾ ਹੈ ਅਤੇ ਲੈਣਾ ਸੌਖਾ ਹੈ। ਪੁੱਤਰਾ ਗੱਲ ਚੇਤੇ ਰੱਖੀ, ਤੈਨੂੰ ਕੋਈ ਸਵਾਹ ਵੀ ਦੇਵੇ ਅਤੇ ਸਵਾਹ ਝੋਲੀ 'ਚ ਪਾ ਲਈ, ਆਪਾਂ ਸਵਾਹ ਵਰਗੀ ਨਹੀਂ। ਪੁੱਤਰਾ ਤੈਨੂੰ ਕੋਈ ਸਵਾਹ ਵੀ ਦੇਵੇ ਅਤੇ ਆਪਾਂ ਸਵਾਹ ਵਰਗੇ ਨਹੀਂ। ਕਿਉਂ? ਸਵਾਹ ਦੇ ਨਾਲ ਤਾਂ ਭਾਂਡਾ ਮਾਂਜ ਕੇ ਉਹਦੀ ਜੂਠ ਖਤਮ ਕੀਤੀ ਜਾਂਦੀ, ਆਪਾਂ ਉਹਦੇ ਨਾਲ ਵੀ ਨਿਕੰਮੇ। ਅਤੇ ਮੈਂ ਆਪਣੀ ਜ਼ਿੰਦਗੀ ਦਾ ਇਹੋ ਟਾਰਗੇਟ ਬਣਾਇਆ ਜੋ ਮੈਨੂੰ ਸਿਖਿਆ ਦਿੱਤੀ ਨਾ, ਮੇਰੇ ਮਨ ਦੀ ਭਾਵਨਾ ਕਿ ਮੈਂ ਅੰਤਮ ਸਵਾਸ ਤੱਕ ਉਸ 'ਤੇ ਅਮਲ ਕਰਾਂ ਕਿ ਅਸੀਂ ਸਵਾਹ ਵਰਗੇ ਵੀ ਨਹੀਂ। ਆਪਾਂ ਹੁਣੇ ਗੱਲ ਕੀਤੀ ਆ ਨਾ ਅਤੇ ਕੱਪੜਾ ਕਿੰਨੇ ਸਾਲ ਪਿਆ ਰਹੇ ਅਤੇ ਚੰਗਾ ਭਰਾ ਅਤੇ ਸਾਡੇ ਨਾਲ ਲੱਗਾ ਅਤੇ ਬੋ ਮਾਰੀ ਅਤੇ ਕੱਪੜਾ ਗਲ ਗਿਆ, ਇਹ ਸਾਡੀ ਕਦੂਜ ਹੈ, ਸਾਡੇ ਕੋਲ ਆਹ ਪੱਲੇ ਆ। ਇਸ ਕਰਕੇ ਕਹਿੰਦੇ ਨੇ ਪੈਰੀਂ ਪੈ ਖਾਪਾ ਖਾਕ ਹੋਏ ਪੈਰਾਂ ਉੱਪਰ ਸੀਸ ਨਵਾਏ, ਗੁਰਮੁਖਾ ਲੋਕਾਂ ਦੇ ਪੈਰਾਂ ਦੀ ਮਿੱਟੀ ਬਣ ਕੇ ਰਹੋ ਅਤੇ ਜੇ ਗੁਰੂ ਕੋਈ ਸਿੱਖ ਮਿਲਦਾ ਨਾ ਉਹਦੇ ਅੱਗੇ ਸਿਰ ਨਵਾ। ਕਿਉਂ? ਇਹਦੀ ਕੀਮਤ ਚੁਆਨੀ ਨਹੀਂ ਜੇ, ਸਿਰ ਦੀ ਕੋਈ ਕੀਮਤ ਨਹੀਂ। ਚਲੋ ਨਵਾਉਣ ਲਈ ਪੂਰਾ ਕੀਮਤ ਪੈ ਜਾਏ, ਹਰ ਚੀਜ਼ ਦੀ ਕੀਮਤ ਹੈ, ਇਹ ਸਿਰ ਕਿਸੇ ਵੀ ਕੰਮ ਨਹੀਂ। ਅਤੇ ਜੇ ਕਿਸੇ ਗੁਰਮੁਖ ਦੇ ਅੱਗੇ ਝੋਕੇ ਤਾਂ ਹੋ ਸਕਦਾ ਵੀ ਸਫਲਾ ਹੋ ਜਾਏ। ਇਸ ਕਰਕੇ ਭਾਈ ਸਾਹਿਬ ਕਹਿੰਦੇ ਨੇ ਕਿਸੇ ਦੇ ਪੈਰਾਂ 'ਤੇ ਸਿਰ ਰੱਖ, ਖਾਕ ਬਣ ਕੇ ਰਹੋ, ਖਿਆਲ ਰੱਖੀ, ਧੰਨਵਾਦ। ਹਾਂਜੀ, ਮਿਲ ਮਿਲ ਚੱਲਦੇ ਸੰਗ ਲੱਖ, ਸਾਧੂ ਸੰਗ ਨਾ ਰੰਗ ਰੰਗਾਇਆ, ਬਿਣ ਗੁਰ ਪੂਰੇ ਮੋਹੇ ਮਾਇਆ, ਬਿਣ ਗੁਰ ਪੂਰੇ ਮੋਹੇ ਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।